ناول दुल्ले ਦੀ ਟਾਬ ਲੇਖਕ ਰਾਮਸਰੂਪ ਅੰਕਿਤੇ ਦੂਸਰੇ ਭਾਗ ਦਾ 8ਵਾਂ ਅੰਗ ਅਗਲਾ ਹਿੱਸਾ ਸਟੇਸ਼ਨ ਤੋਂ ਤੁਰਨ ਵੇਲੇ ਉਹਨੇ ਆਪਣੇ ਏਅਰ ਬੈਗ ਚੋਂ ਬੋਤਲ ਤੇ ਗਲਾਸ ਕੱਢਿਆ ਤੇ ਨਲਕੇ ਤੋਂ ਪਾਣੀ ਲੈ ਕੇ ਇੱਕ ਪੈਗ ਪੀਤਾ ਇੱਕ ਪੈਗ ਮਜ਼ਦੂਰ ਨੂੰ ਵੀ ਦੇ ਦਿੱਤਾ ਮਜ਼ਦੂਰ ਖੁਸ਼ ਹੋ ਗਿਆ ਤੇ ਟਪੂਸੀਆਂ ਮਾਰਦਾ ਟਰੰਕ ਸਿਰ ਤੇ ਚੁੱਕ ਕੇ ਤੁਰਨ ਲੱਗਿਆ ਪਲੇਟਫਾਰਮ ਤੋਂ ਇਹ ਮਜ਼ਦੂਰ ਨੇ ਟਰੰਕ ਉੱਤੇ 에ਅਰ ਬੈਗ ਵੀ ਰਖਵਾ ਲਿਆ ਸ਼ਾਮ ਰਖਦਾ ਨਹੀਂ ਸੀ ਆਖ ਰਿਆ ਸੀ ਥਲੇ ਨਾ ਸਿੱਟ ਦੇ ਦੇਖੀ ਗਾਲ ਦੇ ਗੰਡੇ ਪਿੱਠ ਪਿੱਛੋਂ ਚੜਦੇ ਸੂਰਜ ਦੀ ਤੇਜ਼ ਧੁੱਪ ਪਿੰਡੇ 'ਚ ਸੋਈਆਂ ਚਬਾਉਣ ਲੱਗੀ ਸ਼ਾਮ ਅੱਗੇ ਅੱਗੇ ਤੇ ਮਜ਼ਦੂਰ ਬੰਦਾ ਉਹਦੇ ਪਿੱਛੇ ਪਿੱਛੇ ਉਹ ਤੇਜ਼ ਦੁਰ ਰਹੇ ਸਨ ਖੇਤਾਂ 'ਚ ਕਣਕਾਂ ਚੁੱਪਚਾਪ ਆਕਾਸ਼ ਵੱਲ ਝਾਕ ਰਹੀਆਂ ਸਨ ਕਿਧਰੇ ਕੋਈ ਬੱਦਲ ਨਹੀਂ ਸੀ ਕਿਧਰੇ ਆਵਾਜ਼ਾਂ ਵੀ ਨਹੀਂ ਸਨ ਦੋ ਬੰਦੇ ਹਮੀਰਗੜ੍ਹ ਤੋਂ ਪੈਰੀ ਤੁਰੇ ਆਉਂਦੇ ਮਿਲੇ ਦੋਵਾਂ ਨੇ ਸ਼ਿਆਮੇ ਨੂੰ ਸਿਆਣਿਆਂ ਨਹੀਂ ਉਹਨਾਂ ਵੱਲ ਗੌਰ ਨਾਲ ਨਹੀਂ ਚੱਕਿਆ ਸੀ ਕਿਸੇ ਦੂਜੀ ਪੱਤੀ ਦੇ ਹੋਣਗੇ ਜਾਂ ਕਿ ਪਤਾ ਉਹ ਹਮੀਰਗੜ੍ਹ ਦੇ ਹੀ ਸਨ ਜਾਂ ਕਿਸੇ ਹੋਰ ਪਿੰਡ ਦੇ ਉਹ 10 ਮਿੰਟ ਚੁੱਪਚਾਪ ਤੁਰੇ ਗਏ ਫਿਰ ਸ਼ਿਆਮੋ ਨੂੰ ਗੱਲਾਂ ਪੁੱਛਣ ਲੱਗਿਆ ਉਹਦਾ ਪਿੰਡ ਕਿਹੜਾ ਕੌਣ ਹੁੰਨਾ ਸਾਰੀਆਂ ਗੱਲਾਂ ਪੁੱਛ ਕੇ ਫਿਰ ਸ਼ਿਆਮੋ ਨੂੰ ਆਪਣੇ ਬਾਰੇ ਦੱਸਣ ਲੱਗ ਪਿਆ ਮਜ਼ਦੂਰ ਬੰਦਾ ਉਹਦੀ ਗੱਲ ਦਾ ਦਿਲਚਸਪੀ ਨਾਲ ਹੁੰਗਾਰਾ ਭਰਦਾ ਉਹਦੇ ਹੱਸਣ ਨਾਲ ਹੱਸ ਪੈਂਦਾ ਉਹਦੇ ਗੰਭੀਰ ਹੋਣ ਨਾਲ ਗੰਭੀਰ ਹੋ ਜਾਂਦਾ ਮਜ਼ਦੂਰ ਬੰਦਾ ਮੋੜਵਾਂ ਸਵਾਲ ਕੋਈ ਨਹੀਂ ਕਰਦਾ ਸੀ ਲੱਗਦਾ ਸੀ ਜਿਵੇਂ ਫੌਜੀ ਆਪਣੀਆਂ ਗੱਲਾਂ ਆਪਣੇ ਆਪ ਨੂੰ ਹੀ ਸੁਣਾ ਰਿਹਾ ਹੋਵੇ ਸ਼ਾਮ ਨੇ ਦੱਸਿਆ ਕਿ ਉਹਦੀ ਇੰਨੀ ਤਨਖਾਹ ਹੈ ਸਾਰੀ ਦੀ ਸਾਰੀ ਪੈਨਸ਼ਨ ਮੰਗ ਹੈ ਖਾਣ ਪੀਣ ਸਰਕਾਰ ਦਾ ਤੇ ਵਰਦੀ ਸਰਕਾਰ ਦੀ ਪਾੜੀ ਦੀ ਹੈ ਹੁਣ ਇਹ ਵੀ ਦੱਸਿਆ ਕਿ ਉਹ ਦੋ ਭਰਾ ਹਨ ਛੋਟਾ ਭਰਾ ਸਾਧ ਹੋ ਗਿਆ ਹੁਣ 10 ਕਿੱਲੇਾਂ ਦਾ ਮਾਲਕ ਉਹ ਕੱਲਾ ਹੀ ਐ ਚਾਚਾ ਚਾਚੀ ਹਨ ਉਹਨਾਂ ਦੇ ਕੋਈ ਔਲਾਦ ਨਹੀਂ ਇਹ ਕਿ ਉਹ ਹਲੇ ਛੜਾਈ ਐ ਉਹਨੇ ਸਭ ਇਹਸਾਸ ਨਾਲ ਕਿਹਾ ਸੀ ਤਾਂ ਕਿ ਮਜ਼ਦੂਰ ਬੰਦਾ ਕਿਸੇ ਜੱਟ ਨੂੰ ਉਹਦੀ 10 ਪਾਵੇ ਪਤਾ ਹੀ ਨਹੀਂ ਲੱਗਿਆ ਗੱਲਾਂ ਕਰਦੇ ਉਹਨਾਂ ਨੂੰ ਕਦੋਂ ਪਿੰਡ ਦਿਸਣ ਲੱਗ ਪਿਆ ਕਿ ਕਰਾਂ ਬੇਰੀਆਂ ਟਾਲੀਆਂ ਦੇ ਝੁੰਡ ਵਿੱਚੋਂ ਉਹ ਪਤਾ ਨਹੀਂ ਕਦੋਂ ਪਾਰ ਹੋਏ ਤੇ ਫਿਰ ਪਿੰਡ ਤਾਂ ਸਾਹਮਣੇ ਹੀ ਸੀ ਘਰ ਲੱਜਾ ਕੇ ਸ਼ਿਆਮੇ ਨੇ ਮਜ਼ਦੂਰ ਬੰਦੇ ਨੂੰ ਇੱਕ ਪੈਗ ਹੋਰ ਦਿੱਤਾ ਆਪ ਵੀ ਲੈ ਲਿਆ ਤੇ ਪੈਸੇ ਦਿੱਤੇ ਰੋਟੀ ਪੱਕ ਰਹੀ ਸੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸੀ ਮਜ਼ਦੂਰ ਨੇ ਰੋਟੀ ਵੀ ਖਾ ਲਈ ਤੇ ਚਲਾ ਗਿਆ ਜਾਂਦਾ ਹੋਇਆ ਉਹ ਸ਼ਾਮ ਵੱਲ ਮੂੰਹ ਤੇ ਹਸਰਤ ਭਰੀਆਂ ਅੱਖਾਂ ਨਾਲ ਝਾਕ ਕੇ ਗਿਆ ਸੀ ਪਹਿਲਾਂ ਰੋਟੀ ਖਾ ਲੈ ਸ਼ਾਮ ਵੇ ਭੁੱਖ ਲੱਗੀ ਹੋਊਗੀ ਫਿਰ ਪਿਛਲੇ ਪੈਰ ਨਾ ਧੋ ਲਈ ਪਾਣੀ ਤੱਤਾ ਕਰ ਦੂੰਗੀ ਜਲਕੁਰ ਨੇ ਪਿਆਰ ਨਾਲ ਕਿਹਾ ਟਰੰਕ ਤੇਰ ਬੈਗ ਅੰਦਰ ਸਵਾਦ ਚ ਰੱਖ ਕੇ ਪਹਿਲਾਂ ਉਹਨੇ ਵਰਦੀ ਲਾਈ ਸਾਦੇ ਕੱਪੜੇ ਪਹਿਨ ਲਏ ਚਾਚੀ ਦੀ ਗੱਲ ਮੰਨ ਕੇ ਰੋਟੀ ਖਾ ਲਈ ਖੱਟੀ ਲੱਸੀ ਰੱਜ ਕੇ ਪੀਤੀ ਵੇੜੇ ਦੀ ਧੁੱਪ 55 ਡਾ ਕੇ ਪੈ ਗਿਆ ਉਹਨੂੰ ਥਕੇਵਾਂ ਛੜਿਆ ਸੀ ਪੈਂਦਾ ਹੀ ਸੌ ਗਿਆ ਉਹਦੇ ਮੂੰਹ ਨੂੰ ਮੱਖੀਆਂ ਚਿੰਬੜਦੀਆਂ ਉਹ ਬਾਰ-ਬਾਰ ਹੱਥ ਮਾਰਦਾ ਪਰ ਮੱਖੀਆਂ ਤੰਗ ਕਰਨੋਂ ਨਹੀਂ ਹਟਦੀਆਂ ਸੀ ਉਹ ਆਪਣੀਆਂ ਅੱਖਾਂ ਉੱਤੇ ਕੋਹਣੀ ਦੀ ਓਟ ਕਰਕੇ ਪੈਂਦਾ ਤਾਂ ਕਿ ਚਿਹਰਾ ਢਕਿਆ ਜਾਏ ਤੇ ਮੱਖੀਆਂ ਦੂਰ ਰਹਿਣ ਪਰ ਨੀਂਦ ਗੂੜੀ ਹੋਏ ਤੋਂ ਕੋਹਣੀ ਪਰੇ ਹਟ ਜਾਂਦੀ ਮੱਖੀਆਂ ਮੂੰਹ ਤੇ ਫੇਰਾ ਬੈਠਦੀਆਂ ਜਾਲਕੁਰ ਨੇ ਇੰਜ ਮੁੰਡੇ ਨੂੰ ਬੇਚੈਨ ਹੁੰਦੇ ਵੇਖਿਆ ਤੇ ਇੱਕ ਪਤਲਾ ਖੇਸ ਚੁੱਕ ਕੇ ਉਹਦੇ ਉੱਤੇ ਦੇ ਦਿੱਤਾ ਉਧਰੋਂ ਸਿਰ ਤੇ ਪੈਰਦ ਵੱਲੋਂ ਪੈਰਾਂ ਦੇ ਅੰਗੂਠੇ ਟੱਕ ਦਿੱਤੇ ਹੁਣ ਆਰਾਮ ਨਾਲ ਪਿਆ ਹੋਇਆ ਸੀ ਅੰਡਣਾ ਗਵੰਡਣਾ ਘਰ ਆਉਂਦੀਆਂ ਤਾਂ ਪੁੱਛਦੀਆਂ ਕੁੜੇ ਜਾਲਕੁਰੇ ਕੌਣ ਪਿਆ ਵਿਹੜੇ 'ਚ ਗੁਰਮੇਲ ਸੁਹੈਂ ਚਿੱਤ ਟੇਲਾ ਕੁਛ ਉਹ ਸ਼ਿਆਮੇ ਦਾ ਨਾਂ ਲੈਂਦੀ ਤਾਂ ਅਗਲੀ ਆਖਣ ਲੱਗਦੀ ਚੰਗਾ ਕੁੜੇ ਸ਼ੁਕਰ ਹੈ ਛੁੱਟੀ ਆਇਆ ਹੋਊਗਾ ਮਿਲ ਜੂਗਾ ਸਾਰੇ ਭੈਣ ਭਰਾਵਾਂ ਨੂੰ ਖਾ ਪੀ ਜੂਗਾ ਦੋ ਦਿਨ ਦੁੱਧ ਕਿਉ ਫੌਜੀਆਂ ਨੂੰ ਤਾਂ ਮਸਾ ਮਿਲਦੀ ਐ ਛੁੱਟੀ ਪਿਛਲੀ ਪੈਰ ਦੀ ਚਾਹ ਦਾ ਵੇਲਾ ਸੀ ਜਲਕੁਰ ਨੇ ਪਾਣੀ ਤੱਤਾ ਹੋਣ ਨੂੰ ਟੋਕਣੀ ਚੁੱਲ੍ਹੇ ਧਰੀ ਹੋਈ ਸੀ ਪਾਥੀਆਂ ਦੀ ਅੱਗ ਸੀ ਸ਼ਾਮ ਉੱਠਿਆ ਤੇ ਇੱਧਰ ਉੱਧਰ ਅੱਖਾਂ ਮਲ ਕੇ ਝਾਕਣ ਲੱਗਿਆ ਕੰਧਾਂ ਦੇ ਪਰਛਾਵੇਂ ਟਲ ਰਹੇ ਸੀ ਉਹਦੇ ਮੰਜੇ ਦੀ ਪੈਂਦ ਵੱਲੋਂ ਛਾਂ ਉਹਦੇ ਵੱਲ ਵਧੀ ਆ ਰਹੀ ਸੀ ਉਹਨੂੰ ਬੈਠਾ ਦੇਖ ਕੇ ਚਾਚੀ ਕੋਈ ਕੰਮ ਧੰਦਾ ਵਿੱਚ ਏ ਛੱਡਦੀ ਉਹਦੇ ਕੋਲ ਆਈ ਤੇ ਪੁੱਛਣ ਲੱਗੀ ਸੌ ਲਿਆ ਭਾਈ हां चाची ਬੁੜੀ ਨੀਂਦ ਆਈ ਉਹਨੇ ਬਾਹਾਂ ਤਾਂ ਚੁੱਕੇ ਅਗਵਾੜੀ ਪੰਨੀ ਚਾਹ ਪੀਏਂਗਾ ਕਿ ਦੁੱਧ ਲਾ ਦੇ ਤੋੜੀ ਚ ਤੋੜੀ ਦਾ ਦੁੱਧ ਆਹਾ ਚਾਹ ਦਾ ਕੀ ਹੈ ਚਾਚੀ ਚਾਹ ਨਾਲ ਤਾਂ ਨਿਤਕਾਲ ਦਾ ਫੂਕੀਦਾ ਦੁੱਧ ਲਿਆ ਇਹ ਸੁਹਾ ਸੁਹਾ ਤੋੜੀ ਦਾ ਦੁੱਧ ਪੰਜਾਬ ਤੋਂ ਬਿਨਾ ਹੋਰ ਕਿਧਰੇ ਨਹੀਂ ਮਿਲਦਾ ਸਾਰੇ ਜਹਾਨ ਅੰਦਰ ਨੌਣ ਤੋਂ ਪਹਿਲਾਂ ਉਹਨੇ ਟਰੰਕ ਖੋਲ੍ਹਿਆ ਚਾਚੀ ਨੂੰ ਸੂਟ ਦਾ ਕੱਪੜਾ ਤੇ ਗਰਮ ਲੋਈ ਕੱਢ ਕੇ ਦਿੱਤੀ ਚਾਚੇ ਲਈ ਪਤਲੀ ਮਲਮਲ ਦੀ ਪੱਗ ਕੁਰਤੇ ਦਾ ਕੱਪੜਾ ਚਾਰਖਾਨੇ ਦਾ ਚਾਦਰਾਂ ਤੇ ਬਰਾਂਡੀ ਇਹ ਬਰਾਂਡੀ ਪਾ ਕੇ ਉਹ ਮਾਗਦੂਰ ਰਹਿੰਦਾ ਸੀ ਚਾਚੀ ਨੇ ਚੁੱਪ ਕਰਕੇ ਸਭ ਕੁਝ ਫੜ ਲਿਆ ਤੇ ਸ਼ਾਮ ਨੂੰ ਮਿੱਠੀਆਂ-ਮਿੱਠੀਆਂ ਅਸੀਸਾਂ ਦੇਣ ਲੱਗੀ ਕਹਿ ਰਹੀ ਸੀ ਮੈਂ ਤਾਂ ਹੱਥ ਬੰਦੀ ਆ ਰੱਬ ਤੈਨੂੰ ਇੰਨੀ ਸੋਹਣੀ ਬਹੂ ਦੇਵੇ ਗੁਰਮੇਲ ਖੇਤੋਂ ਕੱਖਾਂ ਦੀ ਭਰੀ ਲੈ ਕੇ ਆਇਆ ਤਾਂ ਸ਼ਾਮ ਨੂੰ ਵਿਹੜੇ 'ਚ ਬੈਠਾ ਦੇਖ ਕੇ ਖੜੇ ਦਾ ਖੜਾ ਰਹਿ ਗਿਆ ਭਰੀ ਉਹਨੇ ਕੁੱਤੇ ਵਾਲੇ ਮਸ਼ੀਨ ਕੋਲ ਵਾਲੀ ਮਸ਼ੀਨ ਕੋਲ ਸੁੱਟ ਦਿੱਤੀ ਸੀ ਸ਼ਿਆਮ ਮੰਜੇ ਤੇ ਉੱਠਿਆ ਤੇ ਉੱਚੇ ਸੂਰਜ ਸਾਸੇ ਕਾਲ ਬੁਲਾਈ ਦੋਵਾਂ ਨੇ ਹੱਥ ਮਲਾਏ ਇੱਕ ਦੂਜੇ ਦੀ ਰਾਜੀ ਖੁਸ਼ੀ ਪੁੱਛਣ ਲੱਗੇ ਮੰਜੇ ਤੇ ਬੈਠ ਕੇ ਉਹਨਾਂ ਨੇ ਹੋਰ ਗੱਲਾਂ ਵੀ ਕੀਤੀਆਂ ਜਲਕੁਰ ਕਹਿੰਦੀ ਭਾਈ ਸ਼ਿਆਮ ਦਿਨ ਥੋੜਾ ਹੀ ਰਹਿ ਗਿਆ ਗੱਲਾਂ ਫੇਰ ਕਰ ਲਿਓ ਪਹਿਲਾਂ ਨਾਲ ਹੈ ਅੱਜਕੱਲ ਦੇ ਦਿਨਾਂ ਦਾ ਕੁਝ ਨਹੀਂ ਫੋਰੇ ਚ ਹੀ ਮੁੱਕ ਜਾਂਦਾ ਜੈ ਖਾਣਾ ਉਹਨੇ ਬਾਲਟੀ ਚ ਟੋਕਣੀ ਉਲਟਾਤੀ ਖੋਰ ਬਾਲਟੀ ਠੰਡੇ ਪਾਣੀ ਦੀ ਭਰ ਕੇ ਕੋਲ ਰੱਖ ਦਿੰਦੀ ਲਾਈਫ ਪਾਇਦਾ ਸਾਬਣ ਤੇ ਸਰੋਂ ਦਾ ਤੇਲ ਕੋਲੇਜ ਪਾ ਕੇ ਧਰ ਦਿੱਤਾ ਤੌਲੀਆ ਆਪਣਾ ਰੱਖਦਾ ਹੁੰਦਾ ਫੌਜ ਵਿੱਚ ਜਾ ਕੇ ਇੰਨੀ ਕਸੂਤਾਂ ਉਹਨੂੰ ਆ ਗਈ ਸੀ ਉਹ ਕੇਸੀ ਵੀ ਨਾ ਲਿਆ ਚਾਚੀ ਨੇ ਚਾਹ ਬਣਾਈ ਤੇ ਉਹ ਚਾਚਾ ਭਤੀਜਾ ਕੋਲ ਕੋਲ ਬੈਠ ਕੇ ਚਾਹ ਪੀਣ ਲੱਗੇ ਚਾਚੀ ਵੀ ਆਪਣੀ ਬਾਟੀ ਲੈ ਕੇ ਉਹਨਾਂ ਕੋਲ ਆ ਬੈਠੀ ਉਹ ਖੁਸ਼ ਸੀ ਕਿ ਇਸ ਵਾਰ ਦੀ ਛੁੱਟੀ ਉਹ ਚੰਗੇ ਰੌਂਚ ਗੱਲਾਂ ਕਰ ਰਹੇ ਹਨ ਦੋਵਾਂ ਦੇ ਮੱਥਿਆਂ ਉੱਤੇ ਵੱਟ ਨਹੀਂ ਸੀ ਸ਼ਾਮੇਸਵਰ 2 ਸਾਲਾਂ ਬਾਅਦ ਛੁੱਟੀ ਆਇਆ ਸੀ ਅੱਥਰ ਨੂੰ ਸੀਰੀ ਵੀ ਆ ਗਿਆ ਗੁਰਮੀਲ ਨੇ ਪੈਸੇ ਦੇ ਕੇ ਉਹਦੇ ਹੱਥ ਮਜਬੀ ਵੇੜਿਓ ਕੁੱਕੜ ਮੰਗਵਾ ਲਿਆ ਕਰ ਲਿਆ ਕਿ ਸੰਤੋਖ ਨੇ ਕੁੱਕੜ ਵੱਢਿਆ ਛਿੱਲ ਲਿਆ ਫਿਰ ਗੁਰਮੀਲ ਨੇ ਸ਼ਾਮ ਨੂੰ ਨਾਲ ਲੈ ਕੇ ਕੁੱਕੜ ਚੀਰ ਲਿਆ ਚੁੱਲ੍ਹੇ ਤੇ ਮਾਸ ਰਿੱਜਣ ਦੀ ਸਲੂਣੀ ਗੰਧ ਘਰ ਚ ਫੈਲਣ ਲੱਗੀ ਤਾਂ ਸ਼ਾਮ ਨੇ ਨਵੀਂ ਬੋਤਲ ਖੋਲ ਲਈ ਚਾਚਾ ਪਤੀਜਾ ਬਰਾਂਡੇ 'ਚ ਬੈਠ ਕੇ ਪੀਣ ਲੱਗੇ ਉਹ ਸੰਤੋਖ ਨੂੰ ਵੀ ਕਹ ਲਈ ਦਿੰਦੇ ਸ਼ਾਮ ਜਦੋਂ ਸਵੇਰੇ ਆਇਆ ਸੀ ਜਲਕੁਰ ਨੇ ਉਦੋਂ ਹੀ ਵੀ ਹਿੱਚ ਤੁਰੇ ਜਾਂਦੇ ਇੱਕ ਬੰਦੇ ਹੱਥ ਡੇਰੇ ਨੂੰ ਸੁਨੇਹਾ ਭੇਜਤਾ ਸੀ ਕਿ RAM ਆ ਜਾਵੇ RAM ਬਾਬੇ ਦੇ ਕੰਮ ਕਿਧਰੇ ਗਿਆ ਹੋਵੇਗਾ ਜਾਂ ਡੇਰੇ ਦੇ ਕੰਮਾਂ ਚ ਉਹਨੂੰ ਵੇਲ ਨਹੀਂ ਮਿਲੀ ਹੋएगी ਉਹ ਖਾਸਾ ਦਿਨ ਛਿਪੇ ਜੇ ਘਰ ਆਇਆ ਉਹਨਾਂ ਨੂੰ ਪੀਂਦੇ ਦੇਖ ਕੇ RAM ਨੇ ਸਿਰ ਵਾਲੇ ਦੁਪੱਟੇ ਦਾ ਲੜ ਨੱਕ ਮੂਰੇ ਕਰ ਲਿਆ ਬੋਲਿਆ ਕਰਤੀ ਸ਼ੁਰੂ ਅੱਜ ਤੋਂ ਵੀ ਲੈ ਲੈ ਗੁਰਮੇਲ ਨੇ ਕਿਹਾ ਬਸ ਚਾਚਾ ਲਾਓ ਰੰਗ ਥੋਨੇ ਸੁਭਾਗੀ ਹੋਵੇ ਇਹ ਚੀਜ਼ RAM ਨੇ ਸ਼ਾਮ ਨਾਲ ਖਤ ਮਿਲਾਇਆ ਤੇ ਪਰਾਂ ਹੋ ਕੇ ਹੋਰ ਮੰਜੇ ਤੇ ਬੈਠ ਗਿਆ ਕਿਹੜਾ ਕਿਸੇ ਨੂੰ ਪਤਾ ਲੱਗਣਾ ਸੰਤੋਖ ਤਾਂ ਆਪਣੇ ਘਰ ਦਾ ਬੰਦਾ ਹੈ ਗੁਰਮੀਲ ਨੇ ਕੱਚ ਦਾ ਗਲਾਸ ਤੇ ਬੋਤਲ ਚੁੱਕੀ ਨਾ ਇਹ ਹੋਈ ਨਹੀਂ ਸਕਦਾ ਇਹ ਰਾक्षਾਂ ਦੀ ਚੀਜ਼ ਹੈ ਸਾਡੇ ਕੰਮ ਦੀ ਨਹੀਂ ਤਾਂ ਅਸੀਂ ਰਾਖਸ਼ ਹੋ ਗਏ ਤੂੰ ਦੇਵਤਾ ਬਣ ਗਿਆ ਗੁਰਮੀਲ ਨੇ ਪੈਗ ਪਾਇਆ ਤੇ ਵਿੱਚ ਪਾਣੀ ਮਿਲਾ ਕੇ ਸ਼ਾਮ ਨੂੰ ਪੜਾਤਾ ਕਹਿੰਦਾ ਚੰਗਾ ਭਾਈ ਰਾਮਦਾਸਾ ਅਸੀਂ ਤਾਂ ਰਾਖਸ਼ ਚੰਗੇ ਹਾਂ ਤੂੰ ਦੇਵਤਾ ਸਹੀ ਭਾਈ ਸਾਰੇ ਖਿੰਖਣ ਕਰਕੇ ਹੱਸਣ ਲੱਗੇ ਰਾਮਦੇ ਨੱਕ ਉੱਤੇ ਅਜੇ ਵੀ ਕੱਪੜਾ ਸੀ ਗੁਰਮੀਲ ਨੇ ਸੰਤੋਖ ਦੀ ਕਾਲੀਟ ਟਿੱਪਕ ਪਾਈ ਤੇ ਫਿਰ ਆਪ ਵੀ ਲਈ ਰਾਮਦੇ ਔਨ ਕਰਕੇ ਸ਼ਾਮ ਦੀ ਅਧ ਵਿਚਾਲੇ ਰਹਿ ਗਈ ਗੱਲ ਪੂਰੀ ਕਰਾਉਣ ਲਈ ਗੁਰਮੀਲ ਨੇ ਹੰਗਾਰਾ ਭਰਿਆ ਹਾਂ ਬਈ ਫਿਰ ਕੀ ਕਹਿੰਦਾ ਤੇਰਾ ਸਾਹ ਅੱਛਾ ਹਾਂ ਸਭ ਖੁਸ਼ ਹੋ ਗਿਆ ਭਾਈ ਪੁੱਛਣ ਲੱਗਾ ਤੂੰ ਕਿੰਨੇ ਦਿਨ ਦੀ ਛੁੱਟੀ ਮੰਗਤਾ ਮੈਂ ਕਿਹਾ 2 ਮਹੀਨੇ ਕਰ ਦਿਓ ਜੀ ਬੋਲਿਆ ਤੇਮਾਰੀ ਸ਼ਾਦੀ ਹੋ ਚੁੱਕੀ ਮੈਂ ਕਿਹਾ ਨਹੀਂ ਜੀ ਬੋਲਿਆ ਫਿਰ ਇਤਨੀ ਛੁੱਟੀ ਤੇਮਾਰੇ ਕਿਸ ਕੰਮ ਮੈਂ ਕਿਹਾ ਘਰ ਤਾਂ ਘਰ ਚ ਚਾਚਾ ਚਾਚੀ ਨੇ ਭਾਈ ਐ ਹੋਰ ਸਾਕ ਸਕੀਰੀ ਚ ਵੀ ਜਾਣਾ ਹੁੰਦਾ ਜੀ ਉਹ ਲਿਆ ਜਾਓ ਇੱਕ ਮਹੀਨਾ ਕਾਫੀ ਤੇ ਫਿਰ ਮੇਰੇ ਮੋਢੇ ਉੱਤੇ ਛੱਟੀ ਮਾਰੀ ਇਸ ਵਾਰ ਸ਼ਾਦੀ ਕਰਾ ਕੇ ਲੌਟਣਾ ਸ਼ਾਦੀ ਦੇ ਨਾਂ ਉੱਤੇ ਸਾਰੇ ਚੁੱਪ ਹੋ ਗਏ ਹੱਸੇ ਨਹੀਂ ਘਰ ਚ ਵਿਆਹ ਦਾ ਮਸਲਾ ਗੰਭੀਰ ਸੀ ਕਿਸੇ ਦੇ ਵੀ ਵਸਦੀ ਗੱਲ ਨਹੀਂ ਸੀ ਚਾਚਾ ਚਾਚੀ ਕਿਸੇ ਜੱਟ ਦੀ ਕੁੜੀ ਮੱਲੂ ਮੱਲੀ ਕਿੱਥੋਂ ਚੁੱਕ ਲਿਆਉਣ ਤੇ ਫਿਰ ਸੰਤੋਖ ਨੇ ਕਣਕ ਦੀਆਂ ਗੱਲਾਂ ਛੇੜ ਲਈਆਂ ਇਸ ਵਾਰ ਦੀ ਚੰਗੀ ਫਸਲ ਬਾਰੇ ਚੰਬਲ ਚੰਬਲ ਦੱਸ ਰਿਹਾ ਸੀ ਆਕਦਾ ਸੀ ਐਤ ਕੀ ਤਾਂ ਪੂਰਾ ਰੰਗ ਭਾਗ ਲੱਗਿਆ ਹੋਇਆ ਹੈ ਇੰਨੀ ਵਧੀਆ ਫਸਲ ਪਹਿਲਾਂ ਕਿਸੇ ਸਾਲ ਨਹੀਂ ਹੋਈ ਜੇ ਚੰਗਾ ਭਾਅ ਮਿਲ ਗਿਆ ਤਾਂ ਵਾਰੇ ਨਿਆਰੇ ਹੋ ਜਾਣਗੇ ਭਾਈ ਤੇ ਜਦੋਂ ਸ਼ਾਮ ਛੱਤ ਵੱਲ ਝਾਂਕ ਰਿਹਾ ਸੀ RAM ਦਾ ਪਰੇ ਮੂੰਹ ਸੀ ਤਾਂ ਗੁਰਮੇਲ ਨੇ ਸੰਤੋਖ ਨੂੰ ਅੱਖ ਮਾਰੀ ਤੇ ਸਿਰ ਮਾਰਿਆ ਸੰਤੋਖ ਛੱਤੀ ਪਤਣਾ ਦਾ ਤਾਰੂ ਸੀ ਸਮਝ ਗਿਆ ਮੁੜ ਕੇ ਉਹਨੇ ਚੰਗੀ ਫਸਲ ਦੀ ਗੱਲ ਨਹੀਂ ਕੀਤੀ ਸ਼ਿਆਮ ਨੇ ਫੌਜ ਦੀ ਨਵੀਂ ਕਹਾਣੀ ਛੇੜ ਲਈ ਜਲਕੁਰ ਮੀਟ ਦਾ ਛੰਨਾ ਭਰ ਕੇ ਲਿਆਈ ਵਿੱਚ ਦੋ ਚਮਚੇ ਸੀ ਆਖਣ ਲੱਗੇ ਅੱਜ ਬਣੀ ਐ ਨਾ ਗੱਲ ਤਾਂ ਸਾਰਾ ਟੱਬਰ ਇਕੱਠਾ ਬੈਠਾ ਹੈ ਬਲਾਈਂ ਚੰਗਾ ਲੱਗਦਾ ਹੈ ਹੋਰ ਭਾਈ ਨੇ ਅਸੀਂ ਤਾਂ ਬੁੱਥ ਬਣੇ ਦੋਵੇਂ ਜੀ ਬੈਠੇ ਰਹਨੇ ਆ ਤੂੰ ਭਰਤੀ ਜਾ ਹੋਇਆ ਇਹ ਡੇਰੇ ਜਾ ਬੈਠਾ ਅਸੀਂ ਤਾਂ ਕੱਲੇ ਰਹਿ ਗਏ ਭਾਈ ਗੁਰਮੇਲ ਸ਼ਾਮ ਵੱਲ ਮੂੰਹ ਕਰਕੇ ਬੋਲਿਆ ਨਹੀਂ ਚਾਚਾ ਅਸੀਂ ਕਿੱਧਰ ਜਾਣਾ ਇੱਥੇ ਹੀ ਆ ਤੁਹਾਡੇ ਕੋਲ ਇਹ ਤਾਂ ਨਿੱਤ ਆ ਜਾਂਦਾ ਹੋਣਾ ਘਰੇ ਮੈਂ ਛੁੱਟੀ ਆ ਕੇ ਤੁਹਾਡੇ ਕੋਲ ਹੀ ਰਹਿਣਾ ਸ਼ਾਮ ਨੇ ਕਿਹਾ ਇਹ ਵੀ ਕਦੋਂ ਆਉਂਦਾ ਐ ਨਿੱਤ ਮੇਰੇ ਹੁੰਦੇ ਤਾਂ ਆਇਆ ਨਹੀਂ ਕਦੇ ਆਪਦੀ ਚਾਚੀ ਕੋਲ ਆਉਂਦਾ ਹੁਣੇ ਗੁਰਮੀਲ ਨਿੱਕਾ ਨਿੱਕਾ ਹੱਸਿਆ ਉੱਥੇ ਖੜੀ ਸੀ ਬੋਲੀ ਨਾ ਭਾਈ ਆਰਾਮ ਤਾਂ ਨਿੱਤ ਮਿਲ ਕੇ ਜਾਂਦਾ ਮੈਨੂੰ ਐਵੇਂ ਕਹਿ ਰਿਆਂ ਇਹਦਾ ਚਾਚਾ ਕਦੇ ਖੇਤ ਗਿਆ ਹੁੰਦਾ ਉਸ ਵੇਲੇ ਕਦੇ ਕਰੇ ਹੁੰਦਾ RAM ਨੇ ਆਪਣੇ ਮੂੰਹ ਤੋਂ ਕੱਪੜਾ ਪਰੇ ਨਹੀਂ ਹਟਾਇਆ ਸੀ ਉੱਠ ਖੜਾ ਹੋਇਆ ਬੋਲਿਆ ਤੂੰ ਸ ਤਾਂ ਖਾ ਸਾ ਕੁਝ ਕਰੀ ਬੈਠਿਓ ਮੈਂ ਚੱਲਦਾ ਚੰਗਾ ਸ਼ਾਮ ਤੜਕੇ ਆਏਗਾ ਡੇਰੇ ਹਾਂ ਜਰੂਰ ਹਾਂ ਤੜਕੇ ਜੰਗਲ ਪਾਣੀ ਵੀ ਉਧਰ ਹੀ ਜਾਊ ਤੇਰੇ ਕੋਲ ਹੀ ਪੀਊਂਗਾ ਚਾ ਤੂੰ RAM ਹੁਣ ਕਿੱਧਰ ਜਾਣਾ ਰੋਟੀ ਪਕਾਉਣੀ ਆ ਖਾ ਕੇ ਜਾਈਂ ਸਾਗ ਪਿਆ ਤੜਕੇ ਦਾ ਇਹਨਾਂ ਆਲਾ ਕੁਛ ਨਾ ਖਾਈ ਜੇ ਸੰਗੀਤ ਮੰਦ ਹੈ ਕਟਸੀ ਦਾ ਚਾਚੀ ਉਹੀ ਵਰਤेंगी RAM ਨੇ ਕਿਹਾ ਤੇ ਸਾਰੇ ਹੱਸ ਪਏ ਉਹ اٹਕਿਆ ਨਹੀਂ ਤੜਕੇ ਸਦਿਆਂ ਉੱਠ ਕੇ ਸ਼ਾਮ ਝਿੜੀ ਵਾਲੇ ਪਾਸੇ ਖੇਤਾਂ 'ਚ ਜੰਗਲ ਪਾਣੀ ਗਿਆ ਉਥੇ ਕਿਤੋਂ ਕਿਕਰ ਦੀ दाਤਨ ਤੋੜ ਲਈ ਡੇਰੇ ਦੇ ਨਾਲ ਕਿਤੇ ਦਾਤਨ ਘੁਰਲਾ ਕਰਕੇ ਉਹ ਲੰਗਰ 'ਚ ਜਾ ਬੈਠਾ RAM ਨੇ ਉਹਦੇ ਲਈ ਦੁੱਧ 'ਚ ਚਾਹ ਪਤੀ ਉਬਾਲਤੀ ਲੱਪ ਭਰ ਕੇ ਖੰਡ ਦੀ ਪਾਈ ਦੋ ਚਮਚੇ ਦੇਸੀ ਘਿਓ ਦੇ ਵੀ ਸ਼ਾਮ ਹੱਸ ਰਿਹਾ ਸੀ ਲੱਗਦਾ ਐਤਕੀ ਦੀ ਛੁੱਟੀ ਭਾਰ ਵਧਾ ਕੇ ਜਾऊं ਘਰੇ ਵੀ ਦੁੱਧ ਘਿਓ ਡੇਰੇ ਵੀ ਦੁੱਧ ਘਿਓ ਚਾਚੀ ਖੁਆਉਂਦੀ ਪਿਆਉਂਦੀ ਬਹੁਤਾ ਭਾਈ ਕੀ ਖੁਆਉਂਦੀ ਪਿਆਉਂਦੀ ਐ ਸਾਰੀ ਜ਼ਮੀਨ ਦੇ ਮਾਲਕ ਇਕੱਲੇ ਨਹੀਂ ਬਣੇ ਬੈਠੇ ਕਿੱਥੋਂ ਆਗੇ ਕੁੱਕੜ ਉਏ ਜਦੋਂ ਇਹ ਨਾ ਰਹੇ ਸਾਰੀ ਆਪਣੀ ਐ ਮੂਰਖਾ ਚੁੱਪ ਕਰ ਜਾ ਸ਼ਾਮ ਨੇ ਆਲਾ ਦਵਾਲਾ ਦੇਖ ਕੇ ਜਵਾਬ ਦਿੱਤਾ ਉਹ ਤਾਂ ਮੈਂ ਸਮਝਦਾ ਸ਼ਾਮ ਪਰ ਕੀ ਪਤਾ ਸਾਲੇ ਕਦੋਂ ਤਾਈ ਬੈਠੇ ਰਹਿਣਗੇ ਜੇ ਤੇਰਾ ਵਿਆਹ ਹੋ ਜੇ ਫੇਰ ਠੀਕ ਬੈਠੇ ਕਹਾਣੀ ਬਹੂ ਚਾਚੀ ਕੋਲ ਛੱਡ ਦੇ ਕੋਈ ਜਵਾਕ ਹੋ ਜੇ ਹੁਣ ਨਹੀਂ ਸੁਣੀ ਕਦੇ ਕੱਲ ਕੋਈ ਕਿਧਰੋਂ ਜਵਾਕ ਲਿਆਉਣ ਦੀ ਨਾ ਹੁਣ ਤਾਂ ਚਾਚੀ ਚੁੱਪ ਜਾ ਰਹਿੰਦੀ ਆ ਕਦੇ ਕਦੇ ਤੇਰੇ ਵਿਆਹ ਦੀ ਗੱਲ ਛੇੜਦੀ ਹੁੰਦੀ ਆ ਕੀ ਕਰੀਏ ਜਾਰ ਜੱਟ ਮੇਰਾ ਸਾਲਾ ਕੋਈ ਆਉਂਦਾ ਹੀ ਨਹੀਂ ਫੌਜੀ ਕਰਕੇ ਮੈਨੂੰ ਵੇਜ ਪੈਂਦੀ ਹੈ ਫਿਰ ਕਹਿਣ ਲੱਗਿਆ RAM ਜਾਰ ਤੂੰ ਕਰਾ ਲਿਆ ਵਿਆਹ ਤੂੰ ਤਾਂ ਕਰਿਆ ਤੈਨੂੰ ਤਾਂ ਹੋ ਜੂ ਸਾਥ ਮੈਨੂੰ ਕਿਵੇਂ ਹੋ ਜੂ ਆ ਦੇਖ ਉਹਨੇ ਆਪਣਾ ਤਿੰਨ ਉਂਗਲਾ ਹੱਥ ਕਾਲੀ ਕੰਬਲੀ ਦੀ ਬੁੱਕਲ ਚੋਂ ਬਾਹਰ ਕੱਢਿਆ ਫਿਰ ਹੋਰ ਗੱਲਾਂ ਕਰਨ ਲੱਗੇ RAM ਪੁੱਛ ਰਿਹਾ ਸੀ ਕਿ ਉਹ ਕਿੰਨੇ ਦਿਨਾਂ ਦੀ ਛੁੱਟੀ ਆਇਆ ਅੱਜ ਕੱਲ ਕਿੱਥੇ ਐ ਭਿੱਖੀ ਕਦੋਂ ਜਾਏਗਾ ਸ਼ਾਮ ਨੇ ਦੱਸਿਆ ਕਿ ਉਹ ਅੱਜ ਰੋਟੀ ਟੁਕ ਖਾ ਕੇ ਦੁਪਹਿਰੇ ਪੀਖੀ ਨੂੰ ਜਾ ਰਿਹਾ ਹੈ। 4-5 ਦਿਨ ਉੱਥੇ ਰਹੇਗਾ। ਫਿਰ ਉਹਨੇ ਦੱਸਿਆ ਕਿ ਉਹ ਉਹਦੀ ਖਾਤਰ ਇੱਕ ਮੋਟਾ ਭਾਰੀ ਕੰਬੜ ਲੈ ਕੇ ਆਇਆ ਹੈ। ਟਰੰਕ ਚ ਪਿਆ ਹੈ। ਪੀਖੀ ਤੋਂ ਮੁੜ ਕੇ ਆ ਕੇ ਉਹਨੂੰ ਦੇਵੇਗਾ। ਇਹ ਵੀ ਦੱਸਿਆ ਕਿ ਉਹਨੇ ਚਾਚੇ ਤੇ ਚਾਚੀ ਲਈ ਕੀ ਲਿਆਂਦਾ ਹੈ। ਇਹ ਨਹੀਂ ਦੱਸਿਆ ਕਿ ਪੀਖੀ ਵਾਲਿਆਂ ਲਈ ਕੀ ਹੈ। ਇਹ ਉਹਨੇ ਚਾਚੀ ਨੂੰ ਵੀ ਨਹੀਂ ਸੀ ਦੱਸਿਆ। ਧੰਨਵਾਦ। ਚਲਦਾ।